ਤਲਵੰਡੀ ਸਾਬੋ ਦੇ ਨੇੜਲੇ ਪਿੰਡ ਕੋਰਿਆਣਾ ਪਿੰਡ ਦੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਅਤੇ ਨਾਲ ਲੱਗਦੇ ਪਿੰਡਾਂ ਦੇ ਸਹਿਯੋਗ ਕੈਂਸਰ ਪੀੜਤਾਂ ਲਈ ਚੌਥੀ ਵਾਰ ਲੰਗਰ ਲਗਾਉਣ ਲਈ 2 ਟਰੱਕ ਭਰੇ ਸਮੱਗਰੀ ਦੇ ਲੈ ਕੇ ਰਵਾਨਾ ਹੋਏ। ਸੁਸਾਇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਕਾਨੇਰ ਵਿਖੇ ਜੋ ਕੈਂਸਰ ਦਾ ਹਸਪਤਾਲ ਹੈ, ਜਿੱਥੇ ਹਜ਼ਾਰਾਂ ਦੇ ਕੈਂਸਰ ਦੇ ਮਰੀਜ਼ ਪੰਜਾਬ ਹਰਿਆਣਾ ਵਿੱਚੋਂ ਆਪਣਾ ਇਲਾਜ ਕਰਵਾਉਣ ਜਾਂਦੇ ਹਨ, ਜਿਨ੍ਹਾਂ ਦੇ ਮਰੀਜ਼ਾਂ ਅਤੇ ਨਾਲ ਗਏ ਰਿਸ਼ਤੇਦਾਰਾਂ ਲਈ ਮੁਫਤ ਲੰਗਰ ਦੀ ਸੇਵਾ ਪਿਛਲੇ 4 ਸਾਲਾਂ ਤੋਂ ਪਿੰਡਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਇਹ ਪਿਛਲੇ 4 ਸਾਲਾਂ ਤੋਂ ਜੀ ਬੀਕਾਨੇਰ ਕੈਂਸਰ ਦੇ ਮਰੀਜ਼ਾਂ ਖਾਤਰ ਲੰਗਰ ਲਾਇਆ ਜਾਂਦਾ ਗਾ। ਐਤਕੀ ਵੀ ਇਹ ਲੰਗਰ 4 ਮਹੀਨੇ ਲਗਾਤਾਰ ਚੱਲਣਾ ਗਾ। ਪਿੰਡ ਕੌਰਿਆਣੇ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿਛਲੇ 4 ਸਾਲਾਂ ਤੋਂ ਇਹ ਲੰਗਰ ਚੱਲ ਰਿਹਾ ਹੈਗਾ। ਇਹ ਲੰਗਰ ਕੈਂਸਰ ਦੇ ਮਰੀਜ਼ਾਂ ਖਾਤਰ ਬੀਕਾਨੇਰ ਲਗਾਇਆ ਜਾਂਦਾ ਜੀ। ਇਸ ਲੰਗਰ ਤੋਂ ਉੱਥੇ ਖਾਣ ਪੀਣ ਦਾ ਪੰਜਾਬੀ ਬੰਦੇ ਖਾਤਰ ਠੀਕ ਨਹੀਂ ਹੈ, ਇਸ ਲਈ ਸਾਰਾ ਪ੍ਰਬੰਧ ਮੰਨ ਲਵੀ ਸਾਰੀ ਸੰਗਤ ਰਲ ਮਿਲ ਕੇ ਉੱਥੇ ਵਧੀਆ ਸਾਫ਼ ਸੁਥਰਾ ਲੰਗਰ ਮਰੀਜ਼ਾਂ ਨੂੰ ਦਿੱਤਾ ਜਾਂਦਾ ਜੀ। ਟੀਚਾ ਅਸੀਂ ਮਾਥਿਆ ਹੋਇਆ ਜੀ, ਬਾਕੀ ਪਰਮਾਤਮਾ ਨੇ ਕਰਨਾ ਜੀ। ਸਾਡੀ ਇੱਛਾ ਵੀ ਇਸ ਲੰਗਰ ਨੂੰ ਅਸੀਂ ਸਾਲ ਦੀ ਸਾਲ ਚਲਾ ਸਕੀਏ। ਤਲਵੰਡੀ ਸਾਬੋ ਤੋਂ ਰਾਮ ਕੁਮਾਰ ਜਿੰਦਲ ਦੀ ਰਿਪੋਰਟ, ਚੈਨਲ 2।